ਖਾਸਾ ਮਹੱਲਾ ਪੰਜਵਾ ਰੇ ਮੂਹਰੇ ਲਾਹੇ ਕਹੋ ਤੂੰ ਢੀਲਾ ਢੀਲਾ। ਹੋਰ ਉਪਦੇਸ਼ ਬਖਸ਼ਦੇ ਹਨ ਗਰੀਬ ਨਵਾਜ ਜੀ, ਕਹਿੰਦੇ ਹੇ ਮੂਰਖ ਬਸਮਝ ਜੀਵ, ਜਿਹੜਾ ਲਾਹਾ ਹੈ ਪਰਮੇਸ਼ੁਰ ਦੇ ਨਾਮ ਜਪਣ ਦਾ, ਲਾਹਾ ਸਤਸੰਗਤ ਕਰਨ ਦਾ, ਭਗਤੀ ਕਰਨ ਦਾ, ਇਸ ਵਾਸਤੇ ਨੂੰ ਢਿੱਲਾ ਹੀ ਢਿੱਲਾ ਤੁਰਨਾ, ਜਿਵੇਂ ਸੱਤਿਆ ਨਹੀਂ ਹੁੰਦੀ ਤੇਰੇ ਵਿੱਚ, ਆਲਸ ਕਰਦਾ ਓਟੇ ਕਹੋ ਬੇਗ ਧਾਇਆ। ਇਹਦਾ ਘਰ ਭੰਨਣਾ ਹੋਵੇ, ਕੋਈ ਸ਼ਰਾਬ ਪੀਣੀ ਹੋਵੇ, ਕੋਈ ਵਿਵਚਾਰ ਕਰਨਾ ਹੋਵੇ, ਮੰਦ ਕਰਮ ਕਰਨਾ ਹੋਵੇ, ਉਸ ਪਾਸੇ ਨੂੰ ਬੜੀ ਕਾਹਲੀ ਆ, ਨੀਂਦ ਹੀ ਤੈਨੂੰ ਆਉਂਦੀ, ਹਲਕਾਰੇ ਵਾਂਗੂ ਦੌੜਿਆ ਰਹਿੰਦਾ ਫਿਰਦਾ ਰਹਿੰਦਾ ਹੈ। ਸੱਸ ਵੱਖਰ ਤੂੰ ਕਿੰਨੇ ਨਾਹੀ, ਸੱਸ ਵੀ ਵੱਖਰ ਲਾਭਦਾਇਕ, ਕਿੱਥੇ ਸਾਜੂ ਚ ਲੱਖ ਵਾਰੇ ਜੋ ਕਮਾਉਂਦੇ ਤਾਂ ਕਿਤੇ ਬਿਰਤੀ ਚਿਗਦੀ ਸੀ, ਕਿਤੇ ਧਨ ਖਰਚ ਕੇ ਜੱਗ ਕਰਦੇ 10,000 ਵਾਰਾ ਤਾਂ ਸੁਰ ਚਿਗਦੀ ਸੀ, ਦੁਆਪਰ ਚ ਕੋਈ ਪੂਜਾ ਕਰਦੇ ਕਲੀਆਂ ਖੜਕਾਉਂਦੇ ਸੀ 1,000 ਵਾਰੇ ਤਾਂ ਕਿਤੇ ਚਿੱਤ ਬਿਰਤੀ ਚਿਗਦੀ ਸੀ, ਤੇ ਹੁਣ ਇੱਕ ਚਿਤਨੇ ਕਿਸ਼ਮ ਤੇ ਆਇਓ, ਕਾਲ ਫਾਸ ਕੇ ਬੀਚ ਨੂੰ ਆਇਓ, ਇਹ ਸਮਾਂ ਤੈਨੂੰ ਪ੍ਰਾਪਤ ਹੋਇਆ, ਇਹ ਸਸਤੀ ਵੱਖਰ ਪਰਮੇਸ਼ੁਰ ਦਾ ਨਾਮ, ਜੋ ਨਾ ਸਿਮਰਨ ਮੇਂ ਕਛ ਖਰਚ ਨਾ ਖੇਦੂ ਹੈ ਸੁਗੇਨ ਸੁਖਦਾਨ ਅਸ਼ੇਦੂ, ਇਹ ਸਸਤੀ ਵੱਖਰ ਪਰਮੇਸ਼ੁਰ ਦਾ ਨਾਮ ਹੈ, ਦਾਦਾ ਰੇਨ ਆਇਆ, ਰੇਨ ਨਾ ਕਰਜ਼ਾ ਦਾ ਹੁੰਦਾ, ਇਹ ਪਾਪੀਆ ਲੋਕ ਦੰਡ, ਪਿਤਲ ਦੰਡ, ਦੇਵ ਦੰਡ, ਰਾਜ ਦੰਡ, ਇਹਨਾਂ ਰਿਣਾ ਕਰਜ਼ਾ ਚ ਬੰਨਿਆ ਰਿਣਾਇਆ ਪਾਠ ਕਥਾ, ਇਹ ਕਰਜ਼ਾ ਵਿੱਚ ਬੰਨਿਆ ਹੋਇਆ ਹੈ ਪਾਪੀਆ, ਤੂੰ ਪਰਮੇਸ਼ੁਰ ਦਾ ਸਿਮਰਨ ਭਜਨ ਨਹੀਂ ਕਰਦਾ, ਤੇਰੇ ਚੁੱਤੇ ਕਰਜ਼ ਹੀ ਪਏ ਰਹਿੰਦੇ ਹਰ ਵਕਤ, ਕਰਜ਼ਾਈ ਹੋ ਰਿਹਾ ਹੈ, ਜੇ ਤੇ ਕਰਜ਼ ਕਰਜ਼ ਕੇ ਮੰਗੀਏ ਤੈਨੂੰ ਚਾਹੀਦਾ ਸੀ, ਸਭ ਸੇਵਕ ਪਗ ਲਗਵਾ ਰਹੇ, ਤੂੰ ਨੀ ਇਹ ਕਰ ਸਕਿਆ, ਪਾਪੀ ਬਾਧਾ ਰੇਨ ਆਇਆ, ਨਾਮ ਵੱਲੋਂ ਪਾਪੀਆ ਤੂੰ ਕੈਦੀ ਹੋ ਗਿਆ, ਜਿਵੇਂ ਕਦੇ ਭਜਨ ਨਹੀਂ ਕਰਦਾ ਹੈ, ਸਤਿਗੁਰ ਤੇਰੀ ਆਸ ਆਇਆ, ਅੱਗੇ ਬੇਨਤੀ ਕਰ ਹੇ ਸਤਿਗੁਰੂ ਸੱਚੇ ਪਾਤਸ਼ਾਹ, ਸਾਨੂੰ ਤਾਂ ਤੇਰੀ ਆਸ ਹੈ, ਆਪਦੀ ਆਸਾ ਵਿੱਚ ਆਏ ਹਾਂ, ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਪਰਮੇਸ਼ੁਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆਪ ਜੀ ਕਾ ਨਾਮ ਹੈ, ਮੈਂ ਇਹਾ ਓਟ ਆਇਆ, ਮਾਰਾ ਇਹੋ ਓਟ ਟੇਕ ਲੈ ਕੇ ਆਇਆ ਹਾਂ ਆਪਦੀ ਸ਼ਰਨ, ਰਹਾਉ ਗੰਧਣ ਵੈਣ ਸੁਣੈ ਉਰਝਾਵ ਹੈ, ਕਹਿੰਦੇ ਜਿਹੜੇ ਗੰਧਣ ਹੈ ਵਿਸ਼ੇ ਦੇ ਬਚਨ ਹਨਗੇ ਦੁਰਗੰਧੀ ਵਾਲੇ, ਉਹਨਾਂ ਬਚਨਾਂ ਨੂੰ ਸੁਣ ਸੁਣ ਕੇ, ਗੰਦਿਆਂ ਗੀਤਾਂ ਨੂੰ ਸੁਣ ਸੁਣ ਕੇ, ਭੈੜੀਆਂ ਕਹਾਣੀਆਂ ਨੂੰ ਸੁਣ ਸੁਣ ਕੇ, ਨਾਵਲਾਂ ਨੂੰ ਸੁਣ ਸੁਣ ਕੇ, ਇਹ ਗੰਦੀਆਂ ਗੱਲਾਂ ਨੂੰ, ਵਿਸ਼ੇ ਦੀਆਂ ਪੈਦਾ ਕਰਨ ਵਾਲੀਆਂ ਦੁਰਗੰਧੀ ਵਾਲੀਆਂ ਗੱਲਾਂ ਨੂੰ ਸੁਣ ਸੁਣ ਕੇ ਫਸ ਜਾਂਦਾ ਹੈ, ਉਸ ਪਾਸੇ ਸੁਣਨ ਵਿੱਚ ਦੇਖਣ ਵਿੱਚ, ਨਾਮ ਲੈ ਅਲਕਾਇਆ, ਜਦੋਂ ਭਜਨ ਕਰਨਾ ਉਹ ਦਿਨ ਆਲਸ ਆ ਜਾਂਦੀ ਹੈ, ਆਲਕ ਆਉਣ ਲੱਗ ਜਾਂਦੀ ਹੈ, ਨਿੰਦ ਚਿੰਦ ਕਹੋ ਬਹੁਤ ਉਮਾਹੇ, ਜਦੋਂ ਕਿਤੇ ਨਿੰਦਿਆ ਕਰਨੀ ਉਹ ਬੜਾ ਉਤਸ਼ਾਹ ਨਾਲ ਦੂਏ ਦੀ ਨਿੰਦਿਆ ਕਰਦੇ, ਜਦੋਂ ਆਪਦੀ ਚਿੰਦ ਉਸਤ ਕਰਨੀ ਹੋਏ ਬੜਾ ਖੁਸ਼ ਹੋ ਕੇ ਆਪਦੀ ਉਸਤਕੀ ਕਰਦਾ ਹੈ, ਬੜੇ ਉਤਸ਼ਾਹ ਦੇ ਸਹਿਜ ਲੱਗਾ ਰਹਿੰਦਾ ਹੈ, ਬੂਝੀ ਉਲਟਾਇਆ, ਜਦੋਂ ਗੁਰੂ ਸਾਹਿਬ ਦੀ ਸਿੱਖਿਆ ਬੂਝੀ ਪੁੱਛਣੀ ਸੀ ਉਹਦੇ ਵੱਲ ਉਲਟੀ ਚੱਲਦਾ ਹੈ, ਕਦੇ ਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਪੁੱਛਦਾ ਹੀ ਨੀ, ਐਸਾ ਮੂਰਖ ਹੈ ਤੂੰ, ਬੂਝੀ ਉਲਟਾਇਆ, ਜਿਹੜੀ ਬੁੱਝਣੇ ਯੋਗ ਸੀ ਪਰਮੇਸ਼ੁਰ ਦੀ ਭਗਤੀ ਉਸ ਵੱਲੋਂ ਉਲਟ ਚੱਲਦਾ ਹੈ, ਪਰ ਧਨ ਪਰ ਤਨ ਪਰ ਤੀ ਨਿੰਦਾ, ਪਰਾਇਆ ਧਨ ਪਰ ਧਨ ਨੂੰ ਪਹਿਲਾਂ, ਪਰ ਧਨ ਪਰ ਤਨ ਪਰ ਤੀ ਨਿੰਦਾ, ਅਤੇ ਪਰਾਏ ਧਨ ਨੂੰ ਹਰ ਵਕਤ ਤੱਕਦਾ ਰਹਿੰਦਾ ਵੀ ਇਹਦੇ ਹਟ ਕੇ ਮੇਰੇ ਪਾਸ ਹੋ ਜੇ, ਪਰਾਏ ਧਨ ਪੁੱਤਰਾਂ ਨੂੰ ਗੋਲੇ ਆਪਦੇ ਬਣਾਉਣਾ ਚਾਹੁੰਦਾ ਹੈ, ਪਰਾਈਆਂ ਇਸਤਰੀਆਂ ਨੂੰ ਆਪਦੇ ਹੱਕ ਚ ਲਿਆਉਣਾ ਚਾਹੁੰਦਾ, ਪਰਾਈ ਨਿੰਦਿਆ ਕਰਦਾ ਰਹਿੰਦਾ ਹੈ, ਅਖਾਦ ਖਾਹੇ ਹਰ ਕਾਇਆ, ਅਖਾਦ ਨਾ ਖਾਣ ਵਾਲੀਆਂ ਗਊ ਦਾ ਮਾਸ ਵੀ ਨਹੀਂ ਛੱਡਦਾ ਖਾਣ ਤੋਂ, ਜਿਵੇਂ ਮੁਸਲਮਾਨਾਂ ਨੂੰ ਸੂਰ ਹੈ ਭੈੜਾ, ਇਸੇ ਪ੍ਰਕਾਰ ਹਿੰਦੂਆਂ ਨੂੰ ਗਊ ਦਾ ਮਾਸ ਹੈ, ਸਿੱਖਾਂ ਵਾਸਤੇ ਤੰਬਾਕੂ ਆਦਿਕ ਜਿਹੜੀਆਂ ਭੈੜੀਆਂ ਚੀਜ਼ਾਂ ਇਹ ਨਿਖਿਧ ਹਨਗੀਆਂ, ਇਹਨਾਂ ਨੂੰ ਨਹੀਂ ਛੱਡਦਾ, ਅਖਾਦ ਖਾਏ ਹਰ ਕਾਇਆ,
ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾ ਖਾ ਕੇ ਹਲਕਿਆ ਫਿਰਦਾ ਹੈ। ਸਾਚ ਧਰਮ ਸਰੂਪ ਨਹੀਂ ਆਵੇ ਹੋ ਗਿਆ, ਹਲਕੇ ਕੁੱਤੇ ਦੀ ਨਿਆਈ ਹੋ ਗਿਆ ਤੂੰ। ਸਾਚ ਧਰਮ ਸਰੂਪ ਨਹੀਂ ਆਵੇ, ਆਪਦੇ ਗੁਰੂ ਦੇ ਹੱਕ ਨੂੰ ਨਹੀਂ ਛੱਡਦਾ, ਗੁਰੂ ਕਿਆਂ ਗੋਲਕਾਂ ਵੀ ਭਰ ਲੈਂਦਾ, ਐਡਾ ਹਲਕਿਆ ਹੋਇਆ ਹੈ। ਸਾਚ ਧਰਮ ਸਿਉਰੋ ਚ ਨਹੀਂ ਆਵੇਗਾ ਹੈ ਧਰਮ। ਸਤਿਗੁਰੂ ਸੱਚੇ ਪਾਤਸ਼ਾਹ ਦੀ ਦੱਸੀ ਹੋਈ ਸਿੱਖਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ, ਆਪਦੇ ਧਰਮ ਵਿਚ ਸਚਿਆਈ ਚ ਰਹਿਣੇ ਕਰਕੇ ਸੁਲ ਸੰਤਾਨ ਪੈਦਾ ਹੋਣੀ ਹੈ, ਲੋਕ ਪਲੋਕ ਉਜਲਾ ਮੁੱਖ ਹੋਣਾ। ਕਿਉਂ ਸਚਿਆਈ ਵਾਲਾ ਜਿਹੜਾ ਧਰਮ ਹੈ ਗੁਰੂ ਸਾਹਿਬ ਦਾ ਦਿੱਤਾ ਹੋਇਆ, ਸਾਧ ਸੂਰਤ ਰੱਖਣੀ, ਅੰਮ੍ਰਿਤਧਾਰੀ ਹੋਣਾ, ਕੁਕਰਮ ਤੋਂ ਬਚਣਾ, ਪਰਾਇਆ ਹੱਕ ਨਾ ਤੱਕਣਾ, ਇਹ ਜਿਹੜਾ ਸੱਚਾ ਧਰਮ ਹੈ ਇਹਨਾਂ ਤੇ ਰੀਤੀ ਨਹੀਂ ਆਉਂਦੀ ਹੈ। ਸਤ ਸੁਣਤ ਸੋਹਾਰਾ, ਜਦੋਂ ਸੱਚਾ ਬਚਨ ਕਹਿ ਦਈਏ ਕਿ ਤੂੰ ਬਕਾਰੀ ਹੈ, ਉਸ ਵੇਲੇ ਸ਼ੋ ਗੁੱਸਾ ਆ ਜਾਂਦਾ ਤੈਨੂੰ, ਬੜਾ ਗੁੱਸੈਲਾ ਹੈ ਤੂੰ, ਅਣਖੜ ਰੱਖਦਾ ਆਪਦੇ ਜਾਣੇ। ਦੀਨ ਦਇਆਲ ਕਿਰਪਾਲ ਪ੍ਰਭ ਠਾਕੁਰ, ਹੇ ਗਰੀਬਾਂ ਤੇ ਦਇਆ ਕਰਨ ਵਾਲੇ, ਹੇ ਕਿਰਪਾ ਦੇ ਘਰ, ਹੇ ਠਾਕੁਰ ਸਵਾਮੀ ਮਾਲਕ, ਭਗਤ ਟੇਕ ਹਰ ਆਇਆ, ਹੇ ਮਹਾਰਾਜ ਤੇਰੇ ਭਗਤਾਂ ਨੂੰ ਤਾਰੀ, ਤੇਰੇ ਨਾਮ ਦੀ ਟੇਕ ਓਟ ਹੈ। ਨਾਨਕ ਆਹੇ ਸਰਨ ਪ੍ਰਭ ਆਇਓ, ਆ ਚਾਹ ਕਰਕੇ ਹੇ ਵਾਹਿਗੁਰੂ ਆਪ ਦੀ ਸ਼ਰਨ ਆਏ ਹਾਂ, ਰਾਸ ਲਾਜ ਅਪਣਾਇਆ। ਸਾਹਿਬ ਜੀ ਕਹਿੰਦੇ ਆਪਣੇ ਜਾਣ ਕੇ ਸੱਚੇ ਪਾਤਸ਼ਾਹ ਲੱਜਿਆ ਰੱਖਣਾ ਕਰੋ, ਖਾਂਸੀ ਜਾਵੇ ਉਹਨੂੰ ਕਰਕੇ। ਦਇਆਲ ਕਿਰਪਾਲ ਪ੍ਰਭ ਠਾਕੁਰ, ਭਗਤ ਟੇਕ ਹਰ ਨਾਇਆ, ਨਾਨਕ ਆਹੇ ਸਰਨ ਪ੍ਰਭ ਆਇਓ, ਰਾਖ ਲਾਜ ਅਪਣਾਇਆ, ਚਾਹ ਕੇ ਵਾਹਿਗੁਰੂ ਆਪ ਦੀ ਸ਼ਰਨ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।